अच्छा जिहड़े डेरा प्रेमियां ते फड़े सी पंज डेरा प्रेमी उन्हां नूं छड्ड दित्ता जी, केस कादा सी, फड़े क्यों ते छड्डे क्यों? ਗਿੱਲ ਸਾਹਿਬ ਜਿਹੜੇ ਪੰਜ ਡੇਰਾ ਪ੍ਰੇਮੀ ਫੜੇ ਗਏ ਸੀ ਉਹਨਾਂ ਨੂੰ ਛੱਡ ਦਿੱਤਾ ਗਿਆ ਹੈਗਾ। ਉਹਨਾਂ ਦੇ ਉੱਤੇ ਕੇਸ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦਾ, ਔਰ ਉਸ ਮਸਲੇ ਦੇ ਵਿੱਚ ਹੁਣ ਪੰਜਾਂ ਡੇਰਾ ਪ੍ਰੇਮੀਆਂ ਨੂੰ, ਰਣਦੀਪ ਸਿੰਘ, ਨੀਲਾ, ਰਣਜੀਤ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ, ਨਰਿੰਦਰ ਸਿੰਘ, ਇਹ ਪੰਜਾਂ ਨੂੰ ਛੱਡਤਾ। ਦੋ ਇਸ ਮਸਲੇ ਦੇ ਵਿੱਚ ਪਹਿਲੇ ਜ਼ਮਾਨਤ ਤੇ ਨੇ, ਸੁਖਜਿੰਦਰ ਸਿੰਘ ਤੇ ਸ਼ਕਤੀ ਸਿੰਘ। ਤਿੰਨ ਵਿਅਕਤੀ ਜਿਹੜੇ ਮੁੱਖ ਸੂਤਰਧਾਰ ਦੱਸੇ ਜਾਂਦੇ ਨੇ ਉਹ ਫੜੇ ਨਹੀਂ ਗਏ ਇਸ ਮਸਲੇ ਦੇ ਵਿੱਚ। ਸੋ ਹੁਣ ਇਹਦੇ ਤੋਂ ਇਹ ਲੱਗਦਾ ਗਾ ਕਿ ਕੇਸ ਆ ਜਿਹੜਾ ਉਹ ਬਹੁਤ ਕਮਜ਼ੋਰ ਆ, ਬਹੁਤ ਨਰਮ ਆ ਕੇਸ, ਜਿਸ ਕਰਕੇ ਨੌਜਵਾਨਾਂ ਦੀ ਫੜੋ ਫੜੀ ਆ ਜਿਹੜੀ ਇਸ ਮਸਲੇ ਦੇ ਵਿੱਚ ਵੀ ਹੋਈ ਉਹ ਸਰਕਾਰ ਦੇ ਉੱਤੇ ਕਈ ਸਵਾਲ ਆ ਜਿਹੜੇ ਉਹ ਖੜੇ ਕਰਦੀ ਆ ਕਿ ਜਾਂ ਤਾਂ ਸਰਕਾਰ ਨੇ ਕੇਸ ਨੂੰ ਪੁੱਟ ਹੀ ਨਹੀਂ ਕੀਤਾ ਜਾਂ ਸਬੂਤ ਨਹੀਂ ਉਸ ਰੂਪ ਦੇ ਵਿੱਚ ਲਿਆਂਦੇ ਗਏ। ਜੀ